most welcome and thank you for watching and please subscribe this channel. ਪਹਿਲੀ ਬੀਟੀਆ ਦੇ ਬਾਉਂਸਰਾਂ ਦੀ ਗੁੰਡਾਗਰਦੀ ਖਤਮ ਨਹੀਂ ਹੋ ਰਹੀ ਹੈ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਹੋਟਲ ਰਮਾਡਾ ਦੀਆਂ। ਤੁਹਾਨੂੰ ਦੱਸ ਦਈਏ ਦਲਜੀਤ ਦੋਸਾਂਝ ਆਪਣੇ ਇੱਕ ਸ਼ੋਅ ਵਾਸਤੇ ਜਲੰਧਰ ਆਏ ਸੀ। ਇਸ ਦੌਰਾਨ ਦਲਜੀਤ ਦੇ ਬਾਉਂਸਰਾਂ ਨੇ ਗੁੰਡਾਗਰਦੀ ਕੀਤੀ। ਹੋਟਲ ਦੇ ਬਾਹਰ ਪਹੁੰਚ ਕੇ ਉਹਨਾਂ ਨੇ ਇੱਕ ਕੈਮਰਾਮੈਨ ਤੇ ਵੀ ਹਮਲਾ ਕਰ ਦਿੱਤਾ। ਤੁਸੀਂ ਆਪ ਹੀ ਦੇਖੋ ਮੌਕੇ ਦੀਆਂ ਤਸਵੀਰਾਂ ਜੋ ਕਿ ਕੈਮਰੇ 'ਚ ਕੈਦ ਹੋ ਗਈਆਂ ਨੇ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਹਰਭਜਨ ਭੱਜੀ ਦੇ ਵਿਆਹ 'ਤੇ ਵੀ ਬਾਉਂਸਰਾਂ ਨੇ ਇੱਕ ਪੱਤਰਕਾਰ ਨੂੰ ਚੰਗੀ ਤਰ੍ਹਾਂ ਕੁੱਟਿਆ ਸੀ। I'm going to go to the hospital.